ਅਰਵਿੰਦ ਕੇਜਰੀਵਾਲ ਜੀ ਨੇ ਇੱਕੋ ਗੱਲ ਸਿਖਾਈ ਹੈ ਕਿ ਇਮਾਨਦਾਰੀ ਨਾਲ ਕੰਮ ਕਰਨਾ, ਬਸ ਇਮਾਨਦਾਰੀ ਸਭ ਤੋਂ ਭਾਰੀ। ਤੁਸੀਂ ਇਮਾਨਦਾਰੀ ਨਾਲ ਕੰਮ ਕਰੀ ਚੱਲੋ, ਬਾਕੀ ਵਿਰੋਧੀ ਪਾਰਟੀਆਂ ਨੇ ਕੁਰਸੀ ਪਿੱਛੇ ਲੜਨਾ ਹੁੰਦਾ, ਆਹ ਮੈਨੂੰ ਐਂ ਨਹੀਂ ਕਹਿੰਦਾ, ਉਹ ਮੈਨੂੰ ਉਹ ਕਹਿੰਦਾ, ਆਹ ਐਂ ਨਹੀਂ ਕਹਿੰਦਾ, ਉਹ ਕਹਿੰਦਾ, ਕੋਈ ਪੰਜਾਬ ਦੇ ਮੁੱਦੇ ਨੇ ਇਹ, ਪੰਜਾਬ ਦੇ ਮੁੱਦੇ ਨੇ ਰੋਜ਼ਗਾਰ, ਪੰਜਾਬ ਦੇ ਮੁੱਦੇ ਨੇ ਕਿਸਾਨੀ ਨੂੰ ਮਜ਼ਬੂਰੀ ਦੇ ਧੰਦੇ ਦੀ ਬਜਾਏ ਲਾਹੇਵੰਦ ਧੰਦਾ ਬਣਾਉਣਾ, ਪੰਜਾਬ ਦੇ ਮੁੱਦੇ ਨੇ ਇੰਡਸਟਰੀ ਲੈ ਕੇ ਆਉਣੀ ਤਾਂ ਕਿ ਰੈਵਨਿਊ ਆਵੇ, ਪੰਜਾਬ ਦੇ ਮੁੱਦੇ ਨੇ ਧਰਤੀ ਵਾਲੇ ਪਾਣੀ ਨੂੰ ਬਚਾਉਣਾ, ਪੰਜਾਬ ਦੇ ਮੁੱਦੇ ਨੇ ਜਿਹੜੀਆਂ 20-20 ਸਾਲ 25-25 30-30 ਸਾਲ ਤੋਂ ਕੱਸੀਆਂ ਬੰਦ ਪਈਆਂ ਨੇ ਖੇਤਾਂ ਵਾਲੀਆਂ, ਉੱਥੇ ਪਾਈਪਾਂ ਪਾ ਕੇ ਦੁਬਾਰੇ ਨਹਿਰਾਂ ਦਾ ਪਾਣੀ ਉੱਤੇ ਪਹੁੰਚਾਉਣਾ। ਪੰਜਾਬ ਦੇ ਮੁੱਦੇ ਨੇ ਪੰਜਾਬ ਨੂੰ ਹਰ ਸ਼ੋਭੇ 'ਚ ਹਰ ਫੀਲਡ ਦੇ ਵਿੱਚ ਅੱਗੇ ਲੈ ਕੇ ਜਾਣਾ। ਇਹ ਪੰਜਾਬ ਦੇ ਮੁੱਦੇ ਥੋੜ੍ਹੀ ਨੇ ਕਿ ਮੈਂ ਤਾਂ ਇੱਥੇ ਰੈਲੀ ਕਰੂੰਗਾ, ਉਹਨੇ ਇਹਦੀ ਫੋਟੋ ਕਿਉਂ ਲਾ ਲਈ, ਉਹਦੇ ਉਹਦੀ ਫੋਟੋ ਕਿਉਂ ਲਾ ਲਈ, ਗੱਲ ਹੈ ਕੋਈ। ਸੋ ਮੈਂ ਤਾਂ ਉਹਨਾਂ 'ਤੇ ਧਿਆਨ ਦਿੰਦਾ ਹੀ ਨਹੀਂ, ਤੁਸੀਂ ਵੀ ਦਿੰਦਿਆ ਕਰੋ ਧਿਆਨ। ਹਰੇਕ ਕਹੀ ਜਾਂਦਾ ਮੈਂ ਪੰਜਾਬ ਬਚਾਉਣਾ, ਮੈਂ ਪੰਜਾਬ ਬਚਾਉਣਾ, ਇਹ ਨਹੀਂ ਦੱਸਦਾ ਕੋਈ ਲੁੱਟਿਆ ਕੀ ਨਹੀਂ ਸੀ, ਬਚਾਉਣ ਵਾਲੇ ਬੜੇ ਨੇ ਜੀ, ਲੁੱਟਿਆ ਕੀ ਨਹੀਂ ਸੀ, ਇਹ ਤਾਂ ਦੱਸ ਦਿਓ। ਤੂੰ ਤੁਹਾਡਾ ਤਾਂ ਰਾਜ ਰਿਹਾ, ਰਾਜ ਤਾਂ ਤੁਹਾਡਾ ਰਿਹਾ ਹੁਣ ਤੱਕ, ਸਾਨੂੰ ਤਾਂ ਮਹੀਨੇ ਹੀ 20 ਹੋਏ ਨੇ, 20 ਮਹੀਨਿਆਂ 'ਚ ਤੁਸੀਂ ਐਂ ਕਰੋ, ਇੱਕ ਸਿੰਗਲ ਇੱਕ ਜਿਹਨੂੰ ਆਪਾਂ ਕਹਿੰਦੇ ਗਲੀ ਵਾਲਾ ਰੁਪਈਆ ਵੀ, ਜੇ ਤੁਹਾਡਾ ਇਲਜ਼ਾਮ ਲੱਗ ਜੇ ਭਗਵੰਤ ਮਾਨ ਨੇ, ਇੱਕ ਗਲੀ ਵਾਲਾ ਰੁਪਈਆ ਵੀ ਸਰਕਾਰ ਦਾ ਖਾ ਲਿਆ। ਮੈਂ ਤਾਂ ਕਿਹਾ ਹੋਇਆ ਕਿ ਇੱਕ ਪਾਸੇ ਸਲਫਾਸ ਪਈ ਹੋਵੇ, ਇੱਕ ਪਾਸੇ ਲੋਕਾਂ ਦਾ ਪੈਸਾ ਪਿਆ ਹੋਵੇ, ਮੈਂ ਸਲਫਾਸ ਦੀ ਗੋਲੀ ਖਾਊਂਗਾ, ਮੈਂ ਰੁਪਈਆ ਨਹੀਂ ਖਾਂਦਾ ਲੋਕਾਂ ਦਾ। ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ, ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਹਾਂ, ਉਹ ਫਿਲਮਾਂ 'ਚੋਂ ਟੀਵੀਆਂ 'ਚੋਂ ਜਿੰਨੇ ਮਰਜ਼ੀ ਕਮਾ ਲੈਂਦੇ, ਇੱਥੋਂ ਥੋੜ੍ਹੀ ਕਮਾਉਣੀ ਸੀ ਫਿਰ। ਇੱਥੇ ਤਾਂ ਸਿਰਫ ਇਹੀ ਹੈ, ਜਦੋਂ ਮੇਰੇ ਕੋਲ ਫਾਈਲ ਆਉਂਦੀ ਹੈ ਮੈਂ ਅਫਸਰ ਨੂੰ ਪੁੱਛਦਾ ਇਹਦੇ ਨਾਲ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਦਾ, ਇਹਦੇ ਨਾਲ ਪੰਜਾਬ ਨੂੰ ਫਾਇਦਾ ਕੀ ਹੁੰਦਾ,